अब पूर्व विधायक को सिर्फ एक टर्म की पेंशन ही मिलेगी इसके साथ साथ पूर्व विधायकों को जो फैमिली भत्ते मिलते हैं उनमें भी कटौती की जाएगी इसी किसी भी पार्टी का उम्मीदवार चाहे चार बार विधायक रहकर पूर्व हुआ हो उसे पेंशन एक ही टर्म में दी जाएगी मुख्यमंत्री भगवंत मान ने इस बात की घोषणा की उन्होंने कहा कि अधिकारियों को इसे लेकर उचित कार्यवाही करने के निर्देश जारी कर दिए गए हैं ਐਮਐਲਏ ਭਾਵੇਂ ਦੋ ਵਾਰ ਜਿੱਤੇ ਪੰਜ ਵਾਰ ਜਿੱਤੇ ਸੱਤ ਵਾਰ ਜਿੱਤੇ ਪਰ ਉਹਨੂੰ ਪੈਨਸ਼ਨ ਸਿਰਫ ਇੱਕ ਟਰਮ ਦੀ ਮਿਲੂਗੀ ਸਿਰਫ ਇੱਕ ਟਰਮ ਦੀ ਪੈਨਸ਼ਨ ਉਹਨੂੰ ਮਿਲੂਗੀ ਜਿੱਤ ਭਾਵੇਂ ਉਹ ਜਿੰਨੀ ਬਾਣੀ ਮਰਜੀ ਜਾਵੇ ਤੇ ਨਾਲ ਕਰੋੜਾਂ ਰੁਪਇਆ ਜਿਹੜਾ ਇਹਦੇ ਪੈਨਸ਼ਨਾਂ ਘਟਾਉਣ ਨਾਲ ਬਚੂਗਾ ਉਹਨੂੰ ਲੋਕਾਂ ਦੀ ਭਲਾਈ ਤੇ ਖਰਚ ਕੀਤਾ ਜਾਊਗਾ ਕਿਉਂਕਿ ਸੇਵਾ ਕਰਨ ਦੀ ਇੰਨੀ ਪੈਨਸ਼ਨ ਕਿਸੇ ਵੀ ਪੱਖੋਂ ਜਾਇਜ਼ ਨਹੀਂ ਹੈਗੀ ਤੇ ਇਸੇ ਤਰ੍ਹਾਂ ਉਹਨਾਂ ਦੀਆਂ ਫੈਮਿਲੀ ਪੈਨਸ਼ਨਸ ਨੇ ਉਹ ਵੀ ਬਹੁਤ ਜ਼ਿਆਦਾ ਨੇ ਉਹਨਾਂ ਦੇ ਵਿੱਚ ਵੀ ਕਟੌਤੀ ਕੀਤੀ ਜਾ ਰਹੀ ਹੈ ਤੇ ਅਫਸਰਾਂ ਨੂੰ ਮੈਂ ਲੋੜੀਂਦੇ ਹੁਕਮ ਜਿਹੜੇ ਨੇ